पानी जिहड़ा हैगा तीह इंच का बेड बनता तो सोलह 18 इंच की खाल बनती है क्योंकि खाल भी टाइप होंगी है। पानी सिर्फ असी फ्रोज ही देना होंगे सारी जगह तो नहीं देना, यदा मतलब अभी भी परसेंट थान से पानी देना। वह पानी बाई कंप्यूटरी एक्शन बैड्स के अंदर चल जाता आफ्टर सीडिंग बैड सीडिंग। वो एक जो है सीड की जर्मीनेशन क्विकन करता, एक वीड कंट्रोल वास्ते इन्ना सफिशियंट मॉइस्चर आ जाता कि वीड 100% वीडीसाइड से काम कर। भी तुसी भाई कद्दू ना करो, पानी खराब ना करो, अपना नुकसान ना करो, अपने पैरी आप कुहाड़ा ना करो। तुसी जमीन नू पहले ही प्रेस कर दो, जिहड़ी तां बहुतियां भारी जमीन ने वो लैदर लेवल तो बाद एक सुहागे मारन की लोड़ है। वो तो पानी तो छड़ के चाहे तुसी पैडी ट्रांसप्लांटर लाओ, झोना लाओ, चाहे तुसी फरीदकोट कराया, पिंड चखड़वाल मास्टर जसवंत सिंह फार्मर कराया, उस पिंड भी ऐतकी 300-400 किला लग जाएगा। बेनती करना चाहना जो 1500 जो देना वा वो विदाउट बल्डिंग दी जिन्नी ट्रांसप्लांटिंग टेक्नीक्स ने वटाले झोने की स्टाई बल्डिंग से भी दो। मैं आई एम वेरी श्योर इन्हों का फीडबैक लैके अल्टीमेटली कद्दू बैन करना पड़ेगा। बोर्ड की जी ट्रिब्यूनल की स्टडी है वो कहते पंजाब 14,20,000 ट्यूबवैल्स ने बिजली दे 80,000 ट्यूबवैल ने जो पानी खिंचते हैं और ये असी साल दे विच ना ये साल दे विच 35 बिलियन क्यूबिक मीटर पानी कढ़दे आ ते 14 बिलियन क्यूबिक मीटर रीचार्ज हुंदा है। मतलब 21 बिलियन क्यूबिक मीटर असी हर साल पानी ओवर विड्रा कर रहे हैं। इस हिसाब नाल साडे कोल कहिंदे 17 साल का पानी रह गया। के पानी दा क्राइसिस आउण वाले समें दे विच आउण वाला ये किसान समझ गया, ये गल उन्होंने समझ ली। पर क्योंकि उन्होंने खदशा भाई जे मैं कद्दू बिना झोना लाया तो शायद मेरा झाड़ ना घट जाए, इस करके देखो असि किसी नूं कंपेल नहीं करते ना कोई होर चीज असि करते हैं। उहदे विच सिर्फ असि उन्होंने किसानां नूं ये कहने आ भाई कॉन्सैप्ट नवां आया असी करके देखिया असी करवा के देखिया 20 साल तो कर रहे हो तो तुसी कर लिया। हां ते तुसी जे बहुता थोड़ा खदशा हैगा भी ते थोड़े को 5 किले ने तो 2 किले करके देखो, 10 किले ने 3 किले करके देखो, अगली बार तुसी कामयाब हो जाओगे। ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਵਾ, ਸਰਕਾਰ ਤੇ ਮਾਹਿਰਾਂ ਨੂੰ ਇਸ ਦੀ ਚਿੰਤਾ ਸਤਾ ਰਹੀ ਆ ਕਿਉਂਕਿ ਝੋਨੇ ਦੀ ਫਸਲ ਨੂੰ ਪਾਣੀ ਜ਼ਿਆਦਾ ਲੱਗਦਾ ਵਾ। ਇਸ ਵਕਤ ਪੰਜਾਬ ਦਾ ਪਾਣੀ ਜਿਹੜਾ ਵਾ ਉਹ ਨੀਚੇ ਜਾ ਰਿਹਾ ਵਾ, ਸੋ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਕਿ ਪਾਣੀ ਜਿਹੜਾ ਵਾ ਘੱਟ ਲੱਗੇ। ਸੋ 1500 ਰੁਪਇਆ ਪ੍ਰਤੀ ਹੈਕਟਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਵੀ ਸਿੱਧੀ ਬਿਜਾਈ ਕਰੇਗਾ ਉਸਨੂੰ 1500 ਰੁਪਇਆ ਪ੍ਰਤੀ ਹੈਕਟਰ ਜਿਹੜਾ ਦਿੱਤਾ ਜਾਵੇਗਾ। ਸੋ ਇਸ ਤੋਂ ਪਹਿਲਾਂ ਪੰਜਾਬ ਦਾ ਇੱਕ ਕਿਸਾਨ ਜਿਹੜਾ 1996 ਤੋਂ ਹੀ ਸਿੱਧੀ ਬਿਜਾਈ ਕਰ ਰਿਹਾ ਵਾ, ਸਰਕਾਰ ਨੂੰ ਉਸ ਵਕਤ ਦਾ ਕਹਿ ਰਿਹਾ ਸੀ ਕਿ ਸਿੱਧੀ ਬਿਜਾਈ ਜਿਹੜੀ ਆ ਕੀਤੀ ਜਾਵੇ, ਪਰ ਉਸ ਵਕਤ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਗੱਲਬਾਤ ਕਰਾਂਗੇ ਦਲੇਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਲੁਧਿਆਣਾ ਦੇ ਨੇ। ਦਲੇਰ ਜੀ, ਸਰਕਾਰ ਨੂੰ ਤੇ ਮਾਹਿਰਾਂ ਨੂੰ ਇਸ ਵਕਤ ਚਿੰਤਾ ਸਤਾ ਰਹੀ ਹੈ ਕਿ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਵਾ, ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ, ਪਰ ਤੁਸੀਂ ਤਾਂ 1996 ਤੋਂ ਸ਼ੁਰੂ ਕਰ ਦਿੱਤੀ ਸੀ, ਉਸ ਵਕਤ ਦੇਸ਼ ਦੇ ਵੱਡੇ ਵੱਡੇ ਵਿਗਿਆਨਿਕ ਤੁਹਾਡੇ ਖੇਤਾਂ ਦੇ ਵਿੱਚ ਆਏ ਸੀਗੇ, ਸਰਕਾਰ ਨੂੰ ਹੁਣ ਚਿੰਤਾ ਸਤਾ ਲੱਗ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ? ਉਸ ਵਕਤ ਸਰਕਾਰ ਨੇ ਸੋਚਿਆ ਨਹੀਂ ਸੀ ਕਿ ਸਿੱਧੀ ਬਿਜਾਈ ਕੀਤੀ ਜਾਵੇ, ਪਾਣੀ ਬਚਾਇਆ ਜਾਵੇ। ਨਹੀਂ, ਸਰਕਾਰ ਦਾ ਕੰਮ ਸੋਚਣਾ ਸੀ, ਸਰਕਾਰ ਦਾ ਕੰਮ ਤੇ ਯੂਨੀਵਰਸਿਟੀ ਦਾ ਕੰਮ ਸੀ ਸੋਚਣਾ। ਅਸੀਂ ਮਤਲਬ 2000 ਦੇ ਵਿੱਚ ਅਸੀਂ ਵਕਤਾਂ ਦੇ ਝੋਨਾ ਦਿਖਾਇਆ ਸੀ, ਸਿੱਧੀ ਬਿਜਾਈ ਸੀ 2002 'ਚ, ਮੈਂ ਅਤੇ ਮੇਰੇ ਦੋਸਤ ਬਟਾਲੀ ਸਾਹਿਬ ਨੇ ਸਾਡੀ ਟੀਮ ਨੇ ਦਿਖਾਇਆ ਸੀ ਬਰਡ ਨੂੰ ਸਿੱਧੀ ਬਿਜਾਈ ਬੈਡਸ 'ਤੇ, ਜਿਹਦੇ ਵਿੱਚ ਅਸੀਂ ਪਾਣੀ ਜਿਹੜਾ ਹੈਗਾ 30 ਇੰਚ ਦਾ ਬੈਡ ਬਣਦਾ ਅਤੇ 16-18 ਇੰਚ ਦੀ ਖਾਲ ਬਣਦੀ ਹੈ ਕਿਉਂਕਿ ਖਾਲ ਵੀ ਟਾਈਪ ਹੁੰਦੀ ਹੈ। ਪਾਣੀ ਸਿਰਫ ਅਸੀਂ ਫਰੋਜ ਹੀ ਦੇਣਾ ਹੁੰਦਾ ਸਾਰੀ ਜਗ੍ਹਾ 'ਤੇ ਨਹੀਂ ਦੇਣਾ, ਇਹਦਾ ਮਤਲਬ ਅਸੀਂ 20% ਥਾਂ 'ਤੇ ਪਾਣੀ ਦੇਣਾ। ਉਹ ਪਾਣੀ ਬਾਈ ਕੰਪਿਊਟਰੀ ਐਕਸ਼ਨ ਬੈਡਸ ਦੇ ਅੰਦਰ ਚੱਲ ਜਾਂਦਾ ਆਫਟਰ ਸੀਡਿੰਗ ਬੈਡ ਸੀਡਿੰਗ। ਉਹ ਇੱਕ ਤਾਂ ਜਿਹੜਾ ਹੈਗਾ
ਸੀਡ ਦੀ ਜਰਮੀਨੇਸ਼ਨ ਨੂੰ ਕੁਇਕਨ ਕਰਦਾ, ਇੱਕ ਵੀਡ ਕੰਟਰੋਲ ਵਾਸਤੇ ਇੰਨਾ ਸਫੀਸ਼ੀਐਂਟ ਮੋਇਸਚਰ ਆ ਜਾਂਦਾ ਕਿ ਵੀਡ 100% ਵੀਡੀਸਾਈਡ ਇਸ 'ਤੇ ਕੰਮ ਕਰਦੇ ਆ। ਅਤੇ ਉਹ ਅਸੀਂ 2002 'ਚ ਦਿਖਾਇਆ ਸੀਗਾ, ਅਤੇ ਉਸ ਵੇਲੇ ਮਤਲਬ ਇਸ 'ਤੇ ਕਾਫੀ ਲੋਕ ਦੇਖਣ ਆਏ ਸੀਗੇ, ਅਤੇ ਅਖਬਾਰ 'ਚ ਆ ਗਿਆ ਸੀਗਾ। ਡਾਕਟਰ ਸਰਦਾਰਾ ਸਿੰਘ ਜੌਹਲ ਦੇਖਣ ਆਏ ਸੀ ਉਸ ਵੇਲੇ, ਡਾਕਟਰ ਸਰਦਾਰ ਸਿੰਘ ਜੌਹਲ ਉਸ ਵੇਲੇ ਡਿਪਟੀ ਚੇਅਰਮੈਨ ਪੰਜਾਬ ਪਲੈਨਿੰਗ ਬੋਰਡ ਸੀਗੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਉਹ ਹੀ ਵਾਜ਼ ਸੋ ਮੱਚ ਇੰਪ੍ਰੈਸਡ ਵਿਦ ਦਿਸ ਕ੍ਰੋਪ ਕਿ ਉਹਨਾਂ ਨੇ ਦੇਖਦੇ ਹੀ ਕਹਿੰਦਾ ਜੀ ਆਈ ਰਿਕਮੈਂਡ ਦਿਸ ਪ੍ਰੈਕਟਿਸ ਥਰੂ ਆਊਟ ਦੀ ਪੰਜਾਬ ਐਜ ਡਿਪਟੀ ਚੇਅਰਮੈਨ ਪੰਜਾਬ ਪਲੈਨਿੰਗ ਬੋਰਡ। ਅਖਬਾਰ 'ਚ ਫਿਰ ਖਬਰ ਆ ਗਈ ਸੀ ਗਰੋ ਪੈਡੀ ਵਾਟਰ ਵਿਦਆਊਟ ਵਾਟਰ ਦੀਜ਼ ਮੈਨ ਵਿਲ ਟੈਲ ਯੂ ਹਾਓ ਇਨਕ੍ਰੈਡੀਬਲ ਬਟ ਟਰੂ ਨਾਓ ਦੀ ਪੈਡੀ ਇਜ਼ ਵਿਦਆਊਟ ਵਾਟਰ ਪੈਡੀ ਵਿਦਆਊਟ ਪਲੈਨਿੰਗ, ਇਸ ਕਿਸਮ ਕਈ ਕਿਸਮ ਦੀਆਂ ਖਬਰਾਂ ਆ ਗਈਆਂ ਸੀ। ਉਸ 'ਤੇ ਫਿਰ ਉਸ ਵੇਲੇ ਐਫ ਸੀ ਡੀ ਹੁੰਦਾ ਸੀ ਕਿਉਂਕਿ ਉਹਨਾਂ ਨੇ ਐਜ ਡਿਪਟੀ ਚੇਅਰਮੈਨ ਪੰਜਾਬ ਪਲੈਨਿੰਗ ਬੋਰਡ ਇਹਨੂੰ ਰਿਕਮੈਂਡ ਕਰਤਾ ਸੀ। ਇਸ ਰਿਕਮੈਂਡੇਸ਼ਨ 'ਤੇ ਫਿਰ ਪ੍ਰਤੀਕਰਮ ਤਾਂ ਹੋਣਾ ਸੀ। ਉਸ ਵੇਲੇ ਐਫ ਸੀ ਡੀ ਹੁੰਦੇ ਸੀ ਮਿਸਟਰ ਆਰਨ ਗੁਪਤਾ, ਡਾਕਟਰ ਆਰਨ ਮਿਸਟਰ ਆਰਨ ਗੁਪਤਾ ਨੇ ਡਾਇਰੈਕਟਰ ਐਗਰੀਕਲਚਰ ਦੇ ਥਰੂ ਡਾਇਰੈਕਟਰ ਰਿਸਰਚ ਪੰਜਾਬ ਯੂਨੀਵਰਸਿਟੀ ਤੋਂ ਇਹ 'ਤੇ ਕਮੈਂਟਸ ਮੰਗ ਲਏ। 2 ਅਗਸਤ 2002 ਦੇ ਵਿੱਚ ਡਾਇਰੈਕਟਰ ਰਿਸਰਚ ਨੇ ਬਗੈਰ ਦੇਖੇ ਸਾਡਾ ਡੈਮੋਸਟ੍ਰੇਸ਼ਨ ਪਲਾਟ ਨੂੰ ਬਗੈਰ ਦੇਖੇ ਇਹ ਕਹਿ ਕੇ ਕਰਤਾ ਵੀ ਜਿਨ੍ਹਾਂ ਜ਼ਮੀਨਾਂ 'ਤੇ ਬਹੁਤ ਜ਼ਿਆਦਾ ਔਰਗੈਨਿਕ ਮੈਟਰ ਹੈ, ਬਹੁਤ ਜ਼ਿਆਦਾ ਕਾਰਬਨ ਕੰਟੈਂਟਸ ਨੇ, ਬੜੀਆਂ ਭਾਰੀਆਂ ਨੇ, ਜਿੱਥੇ ਬਾਰ ਬਾਰ ਚਿਜ਼ਲ ਫੇਰਨਾ ਪੈਂਦਾ, ਇਹੋ ਜਿਹੀਆਂ ਜ਼ਮੀਨਾਂ 'ਤੇ ਹੋ ਸਕਦਾ। ਉਹਨਾਂ ਨੇ ਸਿੱਧਾ ਮੇਰਾ ਨਾਂ ਨਹੀਂ ਲਿਆ, ਜਿਹੜੀਆਂ ਪੰਜਾਬ ਦੇ ਵਿੱਚ 99.9% ਜ਼ਮੀਨਾਂ ਨੇ ਉਹਦੇ 'ਤੇ ਵਿਦਆਊਟ ਪਲੈਨਿੰਗ ਜਿਹੜੀ ਹੈਗੀ ਹੈ ਸੀਡਿੰਗ ਡਾਇਰੈਕਟ ਸੀਡਿੰਗ ਜਿਹੜੀ ਹੈ ਉਹ ਇੰਪੋਸੀਬਲ ਸੀਮ ਟੂ ਬੀ ਡਿਫੀਕਲਟ, ਇਸ ਕਰਕੇ ਉਹਨਾਂ ਰਿਜੈਕਟ ਕਰਤਾ। ਹੁਣ 2022 'ਚ 20 ਸਾਲਾਂ ਬਾਅਦ ਜਾ ਕੇ ਉਹਨਾਂ ਰਿਕਮੈਂਡ ਕਰਤਾ। ਜੇ ਉਹ ਮਤਲਬ ਉਸ ਵੇਲੇ ਰਿਕਮੈਂਡ ਕਰਦੇ ਤਾਂ ਅੱਜ ਪਾਣੀ ਦੀ ਕੋਈ ਕਮੀ ਨਹੀਂ ਸੀ ਹੋਣੀ। ਖੈਰ ਉਸ ਤੋਂ ਬਾਅਦ ਅਸੀਂ ਪਿੱਛੇ ਜਿਹਾ ਕਰਕੇ, ਬਾਕੀ ਤਾਂ ਮੇਰੀ ਇੰਟਰਵਿਊ ਹੋ ਚੁੱਕੀ ਆ, ਪਿੱਛੇ ਜਿਹਾ ਕਰਕੇ ਜਦੋਂ 2019 ਦੇ ਵਿੱਚ ਉਸ ਵੇਲੇ ਕਾਹਨ ਸਿੰਘ ਜਨਰਲ ਸੈਕਟਰੀ ਐਗਰੀਕਲਚਰ ਹੁੰਦੇ ਸੀ, ਉਹਨਾਂ ਨੇ ਦੱਬ ਕੇ ਪੈਡੀ ਟਰਾਂਸਪਲਾਂਟਰ 'ਤੇ ਸਬਸਿਡੀ ਦਿੱਤੀ। ਕਾਫੀ ਲੋਕਾਂ ਨੇ 15-15 ਲੱਖ ਦੇ, 10-10 ਲੱਖ ਦੇ, ਡਿਪੈਂਡਿੰਗ ਔਨ ਦੀ ਕਪੈਸਿਟੀ ਆਫ ਦੀ ਪੈਡੀ ਟਰਾਂਸਪਲਾਂਟਰ ਲੋਕਾਂ ਨੇ ਖਰੀਦ ਲਿਆ। ਤਾਂ ਫਿਰ ਮੈਂ ਸੋਚਿਆ ਵੀ ਇਹ ਤਾਂ ਜਿਹਨਾਂ ਨੇ ਪੈਡੀ ਟਰਾਂਸਪਲਾਂਟਰ ਖਰੀਦੇ ਨੇ ਉਹ ਤਾਂ ਕੱਢੂ ਕਰਨਗੇ। ਤਾਂ ਫਿਰ ਮੈਂ ਅਤੇ ਮੇਰੇ ਦੋਸਤ ਬਟਾਲੀ ਸਾਹਿਬ ਨੇ ਫੇਸਬੁੱਕ 'ਤੇ ਅਸੀਂ ਅਪੀਲ ਕੀਤੀ ਕਿ ਵੀ ਤੁਸੀਂ ਭਾਈ ਕੱਦੂ ਨਾ ਕਰੋ, ਪਾਣੀ ਖਰਾਬ ਨਾ ਕਰੋ, ਆਪਣਾ ਨੁਕਸਾਨ ਨਾ ਕਰੋ, ਆਪਣੇ ਪੈਰੀ ਆਪ ਕੁਹਾੜਾ ਨਾ ਮਰੋ, ਤੁਸੀਂ ਜ਼ਮੀਨ ਨੂੰ ਪਹਿਲੇ ਹੀ ਪ੍ਰੈਸ ਕਰ ਦਿਓ। ਜਿਹੜੀ ਤਾਂ ਬਹੁਤੀਆਂ ਭਾਰੀਆਂ ਜ਼ਮੀਨਾਂ ਨੇ ਉਹ ਲੈਦਰ ਲੈਵਲ ਤੋਂ ਬਾਅਦ 100 ਅੱਗੇ ਮਾਰਨ ਦੀ ਲੋੜ ਆ, ਉਹ 'ਤੇ ਪਾਣੀ 'ਤੇ ਛੱਡ ਕੇ ਚਾਹੇ ਤੁਸੀਂ ਪੈਡੀ ਟਰਾਂਸਪਲਾਂਟਰ ਲਾਉਣਾ, ਝੋਨਾ ਲਾ ਲਓ, ਚਾਹੇ ਤੁਸੀਂ ਲੇਬਰ ਨਾਲ ਲਵਾ ਲਓ। ਇੱਕ ਤਾਂ ਉਹਦੇ 'ਚ ਪਾਣੀ ਦੀ ਕੰਜ਼ਮਪਸ਼ਨ ਜਿਹੜੀ ਹੈਗੀ ਆ ਉਹ 50% ਹੈ। ਇੱਕ ਜਿਹੜਾ ਲੈਂਡ ਪ੍ਰੈਪਰੇਸ਼ਨ ਦਾ ਖਰਚਾ ਹੈ ਐਜ਼ ਕੰਪੇਅਰ ਟੂ 25 ਪੈਸੇ ਆ। ਜੇ 1 ਰੁਪਇਆ ਖਰਚਾ ਕੱਦੂ ਕਰਨ 'ਤੇ ਆਉਂਦਾ ਤਾਂ ਇਹ ਜਿਹਨੂੰ ਅਸੀਂ ਜਿਹਦਾ ਨਾਂ ਅਸੀਂ ਡਰਾਈ ਪਲੈਨਿੰਗ ਦਿੱਤਾ, ਇਸ 'ਤੇ 25 ਪੈਸੇ ਖਰਚ ਆਉਂਦਾ। ਦੂਜਾ ਇਹਦੇ 'ਚ ਕਿਉਂਕਿ ਇਹਦੇ ਵਿੱਚ ਟੋਪ 'ਤੇ ਅਸੀਂ ਸੁਹਾਗੇ ਬਣਾਉਂਦੇ ਹਾਂ, ਜਿਹੜਾ ਲੇਜ਼ਰ ਲੈਵਲ ਹੁੰਦਾ ਉਹ ਆਲਰੇਡੀ ਜ਼ਮੀਨ ਕਾਫੀ ਪ੍ਰੈਸ ਹੋ ਜਾਂਦੀ ਹੈ, 2 ਇੰਚ ਉੱਤੇ ਇੱਕ ਲੇਅਰ ਬਣ ਜਾਂਦੀ ਹੈ ਜਿਹੜੀ ਕਿ ਟੈਂਪਰਰੀ 10-12 ਦਿਨ ਪਾਣੀ ਖੜਾ ਕਰਨ ਵਾਸਤੇ 2-3 ਪਾਣੀਆਂ ਨਾਲ ਖੜਾ ਹੋ ਜਾਂਦਾ, ਝੋਨਾ ਟਰਾਂਸਪਲਾਂਟ ਹੋ ਜਾਂਦਾ। ਵੀ ਡੀ ਸਾਈਡ ਲੋਕ ਐਜ਼ ਪਰ ਟ੍ਰੈਡੀਸ਼ਨਲ ਵੇ ਜਿਵੇਂ ਆਮ ਕਿਸਾਨ ਕਰਦਾ ਉਹਦੇ ਨਾਲ ਵੀਡ ਕੰਟਰੋਲ ਹੋ ਜਾਂਦੇ ਆ। ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਇਹ ਕਿਹਾ ਵੀ ਤੁਸੀਂ ਕੱਦੂ ਲਾਓ, ਅੱਧਾ ਪਾਣੀ ਲਾਓ, ਤੁਸੀਂ ਮਤਲਬ ਪਹਿਲੇ 10 ਦਿਨ ਖੜਾ ਕਰਕੇ 3 ਪਾਣੀ 3-3 ਦਿਨਾਂ ਬਾਅਦ ਲਾਓ, ਉਸ ਤੋਂ ਬਾਅਦ ਤੁਸੀਂ 5-6 ਦਿਨ ਪਾਣੀ ਲਾਓ, ਬਤਰਾਵਾਂ ਪਾਣੀ ਦਿਓ, ਇਹਨਾਂ ਜੜ ਡੂੰਘੀ ਜਾਂਦੀ ਹੈ। ਔਰ ਫਿਰ ਉਤਲੀ ਜਿਹੜੀ 2 ਇੰਚ ਦੀ ਕਲਸਟ ਬਣੀ ਹੁੰਦੀ ਹੈ ਉਹ ਬ੍ਰੇਕ ਹੋ ਜਾਂਦੀ ਹੈ, ਰੇਨ ਵਾਟਰ ਹਾਰਵੈਸਟਿੰਗ ਵੀ ਹੁੰਦਾ, ਪਾਣੀ ਨਾਲ ਦੀ ਨਾਲ ਸੀਪੇਜ ਹੁੰਦਾ। ਇਸ 'ਤੇ ਉਹ ਮਤਲਬ ਜਿਹੜੇ ਫਾਰਮਰ ਦੇ ਜਲੰਧਰ ਦੇ ਫਾਰਮਰ ਸੀਗੇ ਜਿਨ੍ਹਾਂ ਨੇ ਪੈਡੀ ਟਰਾਂਸਪਲਾਂਟਰ ਖਰੀਦੇ ਸੀ, ਕਪੂਰਥਲੇ ਦੇ ਸੀਗੇ, ਉਹਨਾਂ ਨੇ 20 ਮਾਰਚ 2021 'ਚ ਇਹਨੂੰ ਵੀਸ਼ੀ ਨੂੰ ਕਿਹਾ, ਉਹਨਾਂ ਨੇ ਸਾਡੀ ਮੀਟਿੰਗ ਸੱਦੀ ਆ, ਬਲਦੇਵ ਸਿੰਘ ਢਿੱਲੋਂ ਨੂੰ ਕਿਹਾ ਵੀ ਤੁਸੀਂ, ਡਾਕਟਰ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਨੂੰ ਕਿਹਾ ਵੀ ਤੁਸੀਂ ਕੱਦੂ ਬੈਨ ਕਰਾਓ, ਇਸ ਤਰ੍ਹਾਂ ਡਰਾਈ ਪਲੈਨਿੰਗ ਦੇ ਤਜਰਬੇ ਕਰਾਓ,
ਯੂਨੀਵਰਸਿਟੀ 2021 ਚ ਕਰ ਚੁੱਕੀ ਹੈ, 22 ਚੋਂ ਅੱਗੇ ਕਰੇਗਾ। ਇਹਨਾਂ ਦੇ ਮੈਂਡੇਟਰੀ 3 ਸਾਲ ਕਰਨੇ ਹੁੰਦੇ ਆ। ਤੁਹਾਡੀ ਇਨਫੋਰਮੇਸ਼ਨ ਆਈ ਮੈਂ ਦੱਸਣਾ ਚਾਹੁੰਦਾ, ਅਸੀਂ ਸਾਡੀ ਟੀਮ ਨੇ, ਮੈਂ ਤੇ ਬਟਾਲੀ ਸਾਹਿਬ ਨੇ ਸਾਰੇ ਪੰਜਾਬ ਚ ਡਿਫਰੈਂਟ ਪਲੇਸਿਸ ਤੇ, ਅੰਮ੍ਰਿਤਸਰ ਚ ਕਰਾਇਆ ਪਿੰਡ ਜਗਦੇਵ ਕਲਾਂ, ਜਿਹੜਾ ਮਾਨਯੋਗ ਸਾਡੇ ਕੁਲਦੀਪ ਸਿੰਘ ਧਾਲੀਵਾਲ ਰੂਰਲ ਡਿਵੈਲਪਮੈਂਟ ਮਿਨਿਸਟਰ ਨੇ ਉਹਨਾਂ ਦੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰ ਨੂੰ ਕਰਾਇਆ, ਔਰ ਇਸ ਸਾਲ ਉੱਥੇ ਤਕਰੀਬਨ 250-300 ਏਕੜ ਹੋਊਗਾ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਧਾਲੀਵਾਲ ਸਾਹਿਬ ਇਹਦਾ ਫੀਡਬੈਕ ਲੈਣ। ਫਰੀਦਕੋਟ ਕਰਾਇਆ ਸੀ, ਲੁਧਿਆਣਾ ਸਾਹਿਬ ਕਰਾਇਆ, ਇਸ ਤਰ੍ਹਾਂ ਅਸੀਂ ਪਾਤਲਾ ਕਰਾਏ ਆ, ਵੱਖੋ ਵੱਖਰਾਵਾਂ ਦਿੱਤੇ। ਸਹੀ ਨਿਕਲਦਾ ਪਿਆ ਜੀ, ਝਾੜ ਵੱਧ ਨਿਕਲਿਆ ਜੀ, ਕੱਦੂ ਨਾਲ ਘੱਟ ਨੀ ਨਿਕਲਿਆ, ਝਾੜ ਵੀ ਵੱਧ ਨਿਕਲਿਆ, ਪਾਣੀ ਵੀ ਅੱਧਾ ਨਿਕਲਿਆ। ਲੈਂਡ ਪ੍ਰੈਪਰੇਸ਼ਨ ਦਾ ਜਿਹੜਾ ਖਰਚਾ ਹੈ ਉਹ 25% ਹੈ, ਵਾਟਰ ਸੇਵਿੰਗ ਐਜ ਪਰ ਫਾਰਮਰ ਅਬਜ਼ਰਵੇਸ਼ਨ 50% ਵਾਟਰ ਸੇਵਿੰਗ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਫਰੀਦਕੋਟ ਚ ਕਰਾਇਆ ਪਿੰਡ ਚੱਖੜਵਾਲ, ਆਪਣਾ ਮਾਸਟਰ ਜਸਵੰਤ ਸਿੰਘ ਤੇ ਹੋਰ ਫਾਰਮਰ ਦੇ ਕਰਾਇਆ। ਉਸ ਪਿੰਡ ਦੇ ਵਿਚ ਵੀ ਐਤਕੀ 300-400 ਕਿੱਲਾ ਲੱਗ ਜਾਏਗਾ। ਮੈਂ ਤੁਹਾਡੇ ਰਾਹੀਂ ਮੈਸੇਜ ਦੇਣਾ ਚਾਹੁੰਦਾ ਮਾਨ ਸਾਹਿਬ ਨੂੰ, ਬਈ ਆਪਣੇ ਆਪ ਦੇ MLS ਦੀ ਡਿਊਟੀ ਲਾਓ, ਇਹਦੀ ਸਟੱਡੀ ਕਰਨ। ਅਸੀਂ ਫਤਿਹਗੜ੍ਹ ਸਾਹਿਬ ਲਾਇਆ ਪਿੰਡ ਛਲੇੜੀ ਪਿੰਡ, ਉਹ ਸਾਰਾ ਪਿੰਡ ਹੀ ਅਡੋਪਟ ਕਰ ਰਿਹਾ ਸੁੱਕਾ ਕੱਦੂ। ਇਸੇ ਤਰ੍ਹਾਂ ਲੁਧਿਆਣੇ ਸ਼ਮਸਪੁਰ ਕਰਾਇਆ। ਮੈਂ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਡਿਪਾਰਟਮੈਂਟ ਆਫ ਐਗਰੀਕਲਚਰ ਸਾਰੇ ਜ਼ਿਲ੍ਹਿਆਂ ਦੇ ਸਾਰੇ ਚੀਫ ਐਗਰੀਕਲਚਰ ਨੂੰ ਆਰਡਰ ਦੇ ਦੇਣ ਵੀ ਇਹਨਾਂ ਦੀ ਆਪ ਪਰਸਨਲ ਅਬਜ਼ਰਵੇਸ਼ਨ ਲੈਣ। ਬਿਲਕੁਲ 50% ਪਾਣੀ ਦੀ ਸੇਵਿੰਗ ਨਿਕਲੇਗੀ, ਖਰਚਾ ਬਹੁਤ ਘੱਟ ਹੈ। ਔਰ ਮੈਨੂੰ ਉਮੀਦ ਹੈ ਵੀ ਇਹਦੇ ਫੀਡਬੈਕ ਲੈ ਕੇ ਮਾਨ ਸਾਹਿਬ ਜਿਨ੍ਹਾਂ ਨੇ ਤੁਸੀਂ ਜਿਹੜਾ 1500 ਪਰ ਹੈਕਟੇਅਰ ਦਿੱਤਾ ਮਾਨ ਸਾਹਿਬ ਨੇ, 1500 ਪਰ ਏਕੜ ਜਿਹੜੀ ਡਾਇਰੈਕਟ ਸੀਡਿੰਗ ਦੇ ਦਿੱਤਾ ਪ੍ਰਮੋਸ਼ਨਲ ਡਿਸਟ੍ਰਿਕਟ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜਾ ਤੁਸੀਂ 1500 ਜਿਹੜਾ ਦੇਣਾ ਵਾ ਉਹ ਵਿਦਆਊਟ ਬਲਡਿੰਗ ਦੀਆਂ ਜਿੰਨੀਆਂ ਟਰਾਂਸਪਲਾਂਟਿੰਗ ਟੈਕਨੀਕਸ ਨੇ ਵਟਾਲੇ ਝੋਨੇ ਦੀ ਤੇ ਡਰਾਈ ਬਲਡਿੰਗ ਤੇ ਵੀ ਦਿਓ। ਇਹਦੇ ਨਾਲ ਮੈਂ ਆਮ ਵੈਰੀ ਸ਼ੋਰ ਇਹਨਾਂ ਦਾ ਫੀਡਬੈਕ ਲੈ ਕੇ ਅਲਟੀਮੇਟਲੀ ਕੱਦੂ ਬੈਨ ਕਰਨਾ ਪਏਗਾ ਸਰਕਾਰ ਨੂੰ। ਡਾਕਟਰ ਸਾਹਿਬ ਜਿਵੇਂ ਕਿ 1996 ਤੋਂ ਤੁਸੀਂ ਸ਼ੁਰੂ ਕਰ ਦਿੱਤਾ ਸੀ ਪਾਣੀ, ਉਦੋਂ ਪੱਧਰ ਕਿੰਨਾ ਕੁ ਸੀਗਾ ਉਸ ਵਕਤ, ਕਿੰਨਾ ਕੁ ਪਾਣੀ ਉਦੋਂ ਲੱਗਦਾ ਸੀਗਾ, ਅੱਜ ਦੇ ਸਮੇਂ ਚ ਕਿੰਨਾ ਕੁ ਪਾਣੀ ਲੱਗਦਾ, ਆਪਾਂ ਜਿਵੇਂ ਜ਼ਮੀਨ ਚੋਂ ਪਾਣੀ ਕਿੰਨਾ ਕੱਢ ਸਕਦੇ, ਕਿੰਨਾ ਕੁ ਵਾਪਸ ਜਾਂਦਾ? ਮੈਂ ਤੁਹਾਨੂੰ ਦੱਸਦਾ ਜੀ, ਪੰਜਾਬ ਦੇ ਵਿੱਚ ਐਜ਼ ਪਰ ਸਟੱਡੀ ਜਿਹੜੀ ਆਪਣਾ ਇਹਨਾਂ ਦੀ ਗਰਾਊਂਡ ਵਾਟਰ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜਿਹੜੀ ਟ੍ਰਿਬਿਊਨਲ ਦੀ ਸਟੱਡੀ ਹੈ ਉਹ ਕਹਿੰਦੇ ਪੰਜਾਬ ਚ 14,20,000 ਟਿਊਬਵੈਲਸ ਨੇ ਬਿਜਲੀ ਦੇ ਤੇ 80,000 ਟਿਊਬਵੈਲ ਨੇ ਇਹ ਜਿਹੜੇ ਪਾਣੀ ਖਿੱਚਦੇ ਨੇ। ਔਰ ਇਹ ਅਸੀਂ ਸਾਲ ਦੇ ਵਿੱਚ ਇਹ ਸਾਲ ਦੇ ਵਿੱਚ 35 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢਦੇ ਹਾਂ ਤੇ 14 ਬਿਲੀਅਨ ਕਿਊਬਿਕ ਮੀਟਰ ਰੀਚਾਰਜ ਹੁੰਦਾ। ਇਹਦਾ ਮਤਲਬ 21 ਬਿਲੀਅਨ ਕਿਊਬਿਕ ਮੀਟਰ ਅਸੀਂ ਹਰ ਸਾਲ ਪਾਣੀ ਓਵਰ ਵਿਦਡਰਾ ਕਰ ਰਹੇ ਹਾਂ। ਇਸ ਹਿਸਾਬ ਨਾਲ ਸਾਡੇ ਕੋਲ ਕਹਿੰਦੇ 17 ਸਾਲ ਦਾ ਪਾਣੀ ਰਹਿ ਗਿਆ। ਸਾਡੀ ਟੈਕਨੀਕ ਦੇ ਵਿੱਚ PAU ਦੀ ਸਟੱਡੀ ਵਟਾਲੇ ਝੋਨੇ ਤੇ PAU ਦੀ ਆਪਣੀ ਸਟੱਡੀ ਜਿਹੜੀ ਹੈਗੀ ਹੈ ਐਗਰੋਮੈਟਰੋਲੋਜੀ ਵਾਲਿਆਂ ਦੀ 35% ਵਾਟਰ ਸੇਵਿੰਗ ਦਿਖਾਈ ਹੈ ਤੇ 12.9% ਯੀਲਡ ਵੱਧ ਦਿਖਾਈ ਹੈ। ਜੇ ਆਪਾਂ ਸਾਰਾ ਇਸੇ ਤਰ੍ਹਾਂ ਵਟਾਲੇ ਝੋਨਾ ਲਾਉਣ ਲੱਗ ਜਾਈਏ ਤਾਂ 35% ਮੀਨਸ ਜਿੰਨਾ ਅਸੀਂ ਪਾਣੀ 35 ਕਿਊਬਿਕ ਮਿਲੀਅਨ ਮੀਟਰ ਕੱਢਦੇ ਹਾਂ ਥੱਲੋਂ ਕੱਢਦੇ ਹਾਂ 21+ ਉਹ 14 ਬਿਲੀਅਨ ਕਿਊਬਿਕ ਮੀਟਰ 35% ਵਾਟਰ ਨਾਲ ਹੁੰਦੀ ਹੈ। ਇਹਦਾ ਜਿੰਨਾ ਮਤਲਬ ਜਿੰਨਾ ਕੱਢਦੇ ਹਾਂ ਓਨਾ ਵਾਪਸ ਜਾਂਦਾ। ਜਿਹੜੀ ਡਾਇਰੈਕਟ ਸੀਡਿੰਗ ਹੈ ਯੂਨੀਵਰਸਿਟੀ ਭਾਵਾਂ 20-30% ਵਾਟਰ ਸੇਵਿੰਗ ਦੱਸਦੀ ਹੈ ਪਰ ਐਜ਼ ਪਰ ਫਾਰਮਰ ਸਟੱਡੀ ਦੇ ਸਾਡੀ ਇਹ ਮੋਰ ਦੈਨ 40-50% ਵਾਟਰ ਸੇਵਿੰਗ ਹੈ। ਜੇ ਆਪਾਂ ਇਹਨੂੰ 40% ਵਾਟਰ ਸੇਵਿੰਗ ਕਰ ਦਈਏ ਤਾਂ ਫਿਰ ਹਰ ਸਾਲ ਅਸੀਂ ਜਿੰਨਾ ਕੱਢਦੇ ਹਾਂ ਉਦੋਂ ਵੱਧ ਵਾਪਸ ਕਰਾਂਗੇ ਤੇ 5-4 ਸਾਲਾਂ ਚ ਪਾਣੀ ਉੱਪਰ ਆ ਸਕਦਾ। ਡਾਕਟਰ ਸਾਹਿਬ ਉਦੋਂ ਤੁਹਾਡੇ ਕੋਲ ਕਿੰਨੀ ਕੁ ਖੇਤੀ ਸੀ, ਕਿੰਨੀ ਜਗ੍ਹਾ ਸੀ ਜਿੱਥੇ ਤੁਸੀਂ ਸਿੱਧੀ ਫਸਲ ਜਿਹੜੀ ਆ ਲਗਾ ਰਹੇ ਸੀਗੇ, ਕਿੰਨਾ ਕੁ ਫਾਇਦਾ ਉਦੋਂ ਮਿਲ ਜਾਂਦਾ ਸੀਗਾ? ਅਸੀਂ ਜਿਹੜੀ 16 ਏਕੜ ਤਾਂ ਅਸੀਂ ਵੱਟਾਂ ਦੇ ਝੋਨਾ ਦਿਖਾਇਆ ਸੀ ਜੀ। 2002 ਦੇ ਵਿੱਚ ਅਸੀਂ 6 ਏਕੜ ਦੇ ਵਿੱਚ ਬੈੱਡ ਸੀਡਿੰਗ ਦਿਖਾਈ ਸੀ ਜਿਹਦੇ ਵਿੱਚ ਜਿਹੜਾ ਪਾਣੀ ਹੈ ਜਿਹੜੀ ਅਨਪੜ੍ਹ ਡਾਇਰੈਕਟ ਸੀਡਡ ਰਾਈਸ ਜਿਹਦੀ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਉਹਨੂੰ 40% ਪਾਣੀ ਵੱਧ ਬਚਦਾ, 5-6% ਝਾੜ ਵੱਧ ਆਉਂਦਾ। 5 ਏਕੜ 'ਚ ਉਹ ਦਿਖਾਇਆ ਸੀ ਜਿਹੜਾ ਕਿ ਇਹਨਾਂ ਨੇ ਡਾਕਟਰ ਸਰਦਾਰ ਸਿੰਘ ਜੌਹਰ ਨੇ ਡਿਪਟੀ ਚੇਅਰਮੈਨ ਪੰਜਾਬ ਪਲੈਨਿੰਗ ਬੋਰਡ ਹੈ ਚੇਅਰਮੈਨ ਰਿਕਮੈਂਡ ਕੀਤਾ ਸੀ ਅਤੇ ਉਸਦੇ ਰਿਕਮੈਂਡ ਜਿਹੜੇ ਮੰਗੇ ਸੀ ਕਮੈਂਟਸ RN ਗੁਪਤਿਆਂ ਨੇ
ਇਹਨਾਂ ਨੇ 2002 ਚ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਵੀ ਇਹ ਭਾਰੀਆਂ ਜ਼ਮੀਨਾਂ ਚ ਹੁੰਦਾ, ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਤੇ ਹੋ ਨਹੀਂ ਸਕਦਾ, ਇਸ ਕਰਕੇ ਅਸੀਂ ਕਰ ਨਹੀਂ ਸਕਦੇ। ਬਾਕੀ ਤੁਸੀਂ ਪਟਵਾਰੀ ਸਾਹਿਬ ਤੋਂ ਵੀ ਕੁਛ ਸਵਾਲ ਪੁੱਛੋ, ਉਹਨਾਂ ਨਾਲ ਗੱਲਬਾਤ ਕਰਾਂਗਾ। ਮੈਂ ਜਿਵੇਂ ਕਰ ਰਿਹਾ ਕਿ ਸਿੱਧੀ ਬਿਜਾਈ ਕਿਸ ਤਰ੍ਹਾਂ ਕਰ ਸਕਦੇ, ਤੁਸੀਂ ਐਕਸਪੈਰੀਮੈਂਟ ਕਰ ਚੁੱਕੇ ਹੋ 1996 ਤੋਂ ਕਰਦੇ ਆ ਰਹੇ ਹੋ, ਕਿਸ ਤਰ੍ਹਾਂ ਕਿਸਾਨ ਕਰ ਸਕਦੇ ਨੇ, ਕਿਉਂਕਿ ਦਰਸ਼ਕ ਦੇਖਦੇ ਨੇ, ਕਿਸਾਨ ਦੇਖ ਰਹੇ ਨੇ, ਕਿਸ ਤਰ੍ਹਾਂ ਕਰ ਸਕਦੇ ਨੇ, ਕਿਸ ਤਰ੍ਹਾਂ ਪਾਣੀ ਬਚਾ ਸਕਦੇ ਨੇ, ਟੈਕਨੀਕਲ ਦੱਸਿਆ। ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ 2010 ਚ ਅਨਪਡਲ ਡਾਇਰੈਕਟ ਸੀਡਡ ਰਾਈਸ ਰਿਕਮੈਂਡ ਕੀਤਾ ਸੀ, ਜਿਹਦੇ ਚ ਵੀਡਸ ਦੀ ਪ੍ਰੋਬਲਮ ਆਉਂਦੀ ਸੀ। ਹੁਣ ਉਹਨਾਂ ਨੇ 2019 ਦੇ ਵਿੱਚ ਤਰਬੱਤਰ ਡਾਇਰੈਕਟ ਸੀਡਡ ਰਾਈਸ ਰਿਕਮੈਂਡ ਕੀਤਾ, ਉਹਦੇ ਵਿੱਚ ਇਹਨਾਂ ਨੇ ਜਿਹੜੀ ਕਹਿੰਦੇ ਵੀ ਪਹਿਲੇ ਚੰਗਾ ਵੱਟ ਪੱਧਰ ਰੌਣੀ ਕਰੋ ਤਕੜੀ, ਜਦੋਂ ਤੁਹਾਡੀਆਂ ਟਾਇਰ ਦੀਆਂ ਗੁੱਡੀਆਂ ਘੁੰਮਦੀਆਂ ਹੋਣ ਉਸ ਵੇਲੇ ਤੁਸੀਂ ਜ਼ਮੀਨ ਸ਼ਾਮ ਨੂੰ ਵਾਹੋ, 200 ਅੱਗੇ ਦੇ ਕੇ ਉਹਨੂੰ ਬੱਤਰ ਨੂੰ ਦੱਬ ਲਓ। ਉਸ ਤੋਂ ਬਾਅਦ ਇੱਕ ਸੀਡ ਡਰਿੱਲ, ਇਹਨਾਂ ਨੇ ਲੱਕੀ ਸੀਡ ਡਰਿੱਲ ਤਿਆਰ ਕੀਤੀ ਹੈ ਜਿਹੜੀ ਨਾਲ ਨਾਲ ਬੀਜ ਡਰਿੱਲ ਕਰਦੀ ਹੈ ਅਤੇ ਅੱਗੀ ਨਾਲ ਨਾਲ ਦਵਾਈ ਵੀਡੀਸਾਈਡ ਸਪਰੇਅ ਕਰਦੀ ਹੈ, ਜਿਹਦੇ ਨਾਲ ਮਤਲਬ ਇਹਨਾਂ ਨੇ 20-22% ਤੋਂ 30% ਵਾਟਰ ਸੇਵਿੰਗ ਦਿਖਾਈ ਹੈ। ਜਦਕਿ ਵਾਟਰ ਸੇਵਿੰਗ ਇਹਦੇ 'ਚ 40-50% ਹੈ। ਹਾਂਜੀ, ਇਹ ਮਤਲਬ ਬਹੁਤ ਅੱਛੀ ਤਕਨੀਕ ਹੈ, ਪਰ ਇਹਨਾਂ ਮੱਚ ਬੈਟਰ ਤਕਨੀਕ ਹੈ ਜਿਹੜੀ 2002 'ਚ ਇਹਨਾਂ ਨੇ ਰਿਕਮੈਂਡ ਕੀਤਾ, ਰਿਜੈਕਟ ਕੀਤੀ ਸੀ। ਮੇਰੀ ਬੈੱਡ ਸੀਡਿੰਗ ਕਸਾਈ ਜਿਹੜੀ ਮੈਂ ਅਤੇ ਪਟਵਾਰੀ ਸਾਹਿਬ ਨੇ ਵਰਡ ਨੂੰ ਦਿਖਾਈ ਸੀ, ਉਹ ਬੈੱਡ ਸੀਡਿੰਗ ਜਿਹੜੀ ਹੁਣ 2022 'ਚ ਜਾ ਕੇ ਇਹਨਾਂ ਨੇ ਕੀਤੀ ਹੈ। ਮੇਰੇ ਹਿਸਾਬ ਨਾਲ ਹੁਣ ਰਿਕਮੈਂਡ ਹੋ ਗਈ, ਲੋਕਾਂ ਵਿੱਚ ਗੱਲ ਜਾਏਗੀ। ਪਿਛਲੇ ਸਾਲ ਅਸੀਂ ਕਰਵਾਏ ਸੀ ਤਜਰਬੇ, ਕਿਸਾਨ ਲੀਡਰ ਅਸੀਂ ਟਾਰਗੇਟ ਕੀਤੇ ਸੀ, ਲੱਖੋਵਾਲ ਹਰਿੰਦਰ ਲੱਖੋਵਾਲ ਦੇ ਫਾਰਮ ਤੋਂ ਆਇਆ ਸੀ, ਬੈੱਡ ਸੀਡਿੰਗ ਕਰਵਾਈ ਸੀ, ਉਹਨੇ 10 ਕਿਲੋ ਬੀਜ ਦਾ ਛੱਟਾ ਮਾਰ ਕੇ ਬੈੱਡ ਕੱਢੇ ਸੀਗੇ, ਖਾਲ ਫਰਜ ਦੇ ਵਿੱਚ ਪਾਣੀ ਦਿੱਤਾ ਸੀ 20% ਥਾਂ ਤੇ, 35 ਕੁਇੰਟਲ 20 ਕਿਲੋ ਝਾੜ ਨਿਕਲਿਆ ਧਰਮ ਕਾਂਟੇ ਦਾ ਤੋੜਿਆ ਫਾਰਮਰ ਦੇ ਹਾਜ਼ਰੀ ਦੇ ਵਿੱਚ, ਤੇ 16% ਮੋਇਸਚਰ ਨਿਕਲਿਆ। ਜਦਕਿ ਯੂਨੀਵਰਸਿਟੀ ਦੀ ਜਿਹੜੀ ਹੈਗੀ ਆ ਤਰਬੱਤਰ ਡਾਇਰੈਕਟ ਸੀਡਡ ਰਾਈਸ ਦੇ ਵਿੱਚ 30 ਕੁਇੰਟਲ ਝਾੜ ਨਿਕਲਿਆ, ਯਾਨੀ 5 ਕੁਇੰਟਲ 20 ਕਿਲੋ ਵੱਖ ਵੱਖ ਜ਼ਮੀਨਾਂ ਤੇ ਐਕਸਪੈਰੀਮੈਂਟ ਕੀਤੇ, ਝਾੜ ਸੀ ਨਿਕਲੇ ਬੈਠੇ ਆ ਤੇ ਫਾਰਮਰਸ ਦੇ ਫੀਲਡ ਤੇ ਕਰਾਏ ਨੇ। ਬਾਕੀ ਤੁਸੀਂ ਬਟਾਲੀ ਸਾਹਿਬ ਨੂੰ ਪੁੱਛੋ ਇਹਨਾਂ ਦੇ। ਉਦੋਂ ਤੁਹਾਡੇ ਖੇਤਾਂ ਦੇ ਵਿੱਚ ਕਹਿੰਦੇ ਕਿ ਵਿਗਿਆਨਿਕ ਬਹੁਤ ਆਏ ਸੀ, ਬਾਹਰੋਂ ਵਿਦੇਸ਼ਾਂ ਦੇ ਵਿਗਿਆਨਿਕ ਵੀ ਆਏ ਸੀ, ਪਰ ਪੰਜਾਬ ਦੇ ਵਿਗਿਆਨਿਕ ਕਿਉਂ ਫੇਲ ਹੋ ਗਏ? ਨਹੀਂ, ਪੰਜਾਬ ਦੇ ਵਿਗਿਆਨਿਕ ਜਿਹੜੇ ਸੀਗੇ ਉਸ ਵੇਲੇ ਸਾਡੇ ਜਮਾਤੀ ਸੀ, ਬੜੇ ਉੱਚੀਆਂ ਉੱਚੀਆਂ ਪੋਸਟਾਂ ਤੇ ਬੈਠੇ ਸੀਗੇ, ਸੋਇਲ ਸਾਇੰਟਿਸਟ ਸੀ, ਜਿਹਨਾਂ ਦਾ ਇੱਕ ਬਲਾਇੰਡ ਇੱਕ ਓਪੀਨੀਅਨ ਸੀਗਾ ਵੀ ਝੋਨਾ ਪੈਡੀ ਕੈਨਟ ਟੇਕ ਆਇਰਨ ਫਰੋਮ ਦੀ ਸੋਇਲ ਵਿਦਆਊਟ ਰਿਡਿਊਸਡ ਕੰਡੀਸ਼ਨ, ਮੇਨ ਕੱਦੂ ਕੀਤੇ ਬਗੈਰ ਝੋਨਾ ਜ਼ਮੀਨ ਤੋਂ ਲੋਹਾ ਲੈ ਨਹੀਂ ਸਕਦਾ। ਉਹਨਾਂ ਦੀ ਇਹ ਜਿਹੜੀ ਬਲਾਇੰਡ ਸੋਚ ਅਤੇ ਬਲਾਇੰਡ ਸਟੱਡੀ ਸੀਗੀ, ਉਹਨਾਂ ਨੇ ਆਰਗੇਨਾਈਜ਼ਡ ਵੇ ਨਾਲ ਮੁਖਾਲਫਤ ਕੀਤੀ। ਬਹੁਤ ਉੱਚੀਆਂ ਉੱਚੀਆਂ ਪੋਸਟਾਂ 'ਤੇ ਬੈਠੇ ਸੀ, ਉਹਨਾਂ ਨੇ ਆਪਣੀ ਪੋਸਟ ਦਾ ਬੈਨੀਫਿਟ ਲੈ ਕੇ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕੀਤਾ। ਕਿਹੜੇ ਕਿਹੜੇ ਜਿਹੜੇ ਵਿਗਿਆਨੀ ਕਿੱਥੋਂ ਕਿੱਥੋਂ ਆਏ ਸੀ, ਜਿਹੜੇ ਦੇਖ ਕੇ ਗਏ ਸੀ, ਉਹਨਾਂ ਨੇ ਉੱਥੇ ਐਕਸਪੈਰੀਮੈਂਟ ਕੀਤੇ, ਉੱਥੇ ਜਾ ਕੇ ਫਿਰ? ਹਾਂਜੀ, ਹੁਣ ਵਰਲਡ ਸਾਰਾ ਸਿੱਧੀ ਬਿਜਾਈ ਕਰਦਾ, ਡਾਇਰੈਕਟ ਸੀਡਿੰਗ ਕਰਦਾ। ਅੱਗੇ ਜਿਹੜੀ ਡਾਇਰੈਕਟ ਸੀਡਿੰਗ ਹੁੰਦੀ ਸੀ, ਇਹ ਪਰਲਿੰਗ ਕਰਕੇ ਜ਼ਮੀਨ ਤਿਆਰ ਕਰਕੇ ਉੱਤੋਂ ਜਹਾਜ਼ ਨਾਲ ਬੀਜ ਸਪਰੇਅ ਕਰਦੇ ਹੁੰਦੇ ਸੀ। ਹੁਣ ਉਹ ਜਿਹੜੀ ਪਡਲ ਡਾਇਰੈਕਟ ਸੀਡਿੰਗ ਰਾਈਸ ਬੰਦ ਹੋ ਗਈ, ਹੁਣ ਅਨਪਡਲ ਡਾਇਰੈਕਟ ਸੀਡਿੰਗ ਰਾਈਸ ਹੁੰਦੀ ਹੈ। ਇਹ ਸਾਡੇ ਜਿਹੜੇ ਤਜਰਬੇ ਤੋਂ ਬਾਅਦ ਹੀ ਸਾਰੇ ਵਰਲਡ ਨੇ ਇਹ ਕਰਨਾ ਸ਼ੁਰੂ ਕੀਤਾ, ਅਨਪਡਲ ਡਾਇਰੈਕਟ ਸੀਡਿੰਗ ਰਾਈਸ। ਹੁਣ ਬੈੱਡ ਸੀਡਿੰਗ ਦੇ ਰਿਜ਼ਲਟ ਬਹੁਤ ਅੱਛੇ ਨੇ, PAU ਨੇ ਰਿਕਮੈਂਡ ਕਰਤੀ, ਹੁਣ ਲੋਕਾਂ 'ਚ ਜਾਏਗੀ ਇਸ ਸਾਲ ਤੋਂ। ਜਿਹੜਾ ਮਾਨ ਸਾਹਿਬ ਨੇ 1500 ਪਰ ਏਕੜ ਦਿੱਤਾ, ਪਰ ਹੈਕਟੇਅਰ ਨਹੀਂ ਦਿੱਤਾ, ਫੋਰ ਯੋਰ ਕਾਇੰਡ ਰਿਫਰਮੇ, ਬਹੁਤ ਮਿਹਰਬਾਨੀ ਕੀਤੀ ਹੈ, ਬੜਾ ਅੱਛਾ ਉਹਨਾਂ ਦਾ ਉਪਰਾਲਾ ਹੈ। ਉਹਨਾਂ ਦੀ ਹਰ ਵੇਲੇ ਜਿਹੜੀ ਸੋਚ ਹੈ ਇਹ ਹੈ, ਉਹ ਬੜੀ ਉਸਾਰੂ ਸੋਚ ਹੈ, ਉਹਨਾਂ ਦੀ ਸੋਚ 'ਤੇ ਕਿਸਾਨ ਫੁੱਲ ਚੜਾਉਣਗੇ। ਇਸ ਸਾਲ ਮੇਰੇ ਹਿਸਾਬ ਨਾਲ 35-40% ਹੋ ਜਾਏਗੀ, ਕੁਛ ਵੱਟਾਂ 'ਤੇ ਝੋਨਾ ਲੱਗੇਗਾ, ਪਰ ਤੁਹਾਡੇ ਮੈਂ ਮਾਧਿਅਮ ਨਾਲ ਹੀ ਇਹ ਅਪੀਲ ਕਰਨਾ ਚਾਹੁੰਦਾ ਆਪਣੀ ਸਰਕਾਰ ਨੂੰ ਵੀ, ਜਿਹੜਾ ਸਾਡੀ ਯੂਨੀਵਰਸਿਟੀ ਤੋਂ ਬੈੱਡ ਜਿਹੜਾ ਰਿਜ ਆਰ ਟ੍ਰਾਂਸਪਲਾਂਟਿੰਗ ਵਿਦਆਊਟ ਪਲਡਿੰਗ ਜਿਹੜੀ ਟੈਕਨੋਲੋਜੀ ਦੀ ਰਿਕਮੈਂਡੇਸ਼ਨ ਹੈ, ਇਹ ਗਲਤ ਹੈ, ਇਹ ਠੀਕ ਕਰਾਈ ਜਾਵੇ। ਸੈਂਟੀਮੀਟਰ ਨਹੀਂ ਦੱਸਣਾ ਚਾਹੀਦਾ ਕਿਸਾਨਾਂ ਨੂੰ, ਕਿਸਾਨਾਂ ਦੀ ਸਮਝ ਦੀ ਰਿਕਮੈਂਡੇਸ਼ਨ ਬਣਨੀ ਚਾਹੀਦੀ ਹੈ। ਬਿਲਕੁਲ। ਸੋ ਡਾਕਟਰ ਬਲਬੀਰ ਜੀ ਸਾਡੇ ਨਾਲ ਮੌਜੂਦ ਨੇ। ਸਰ, ਡਾਕਟਰ ਸਾਹਿਬ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ
ਝੋਨੇ ਦੀ ਫਸਲ ਸਿੱਧੀ ਬਿਜਾਈ ਕਰਦੇ ਸੀਗੇ, ਉਸ ਵਕਤ ਪਾਣੀ ਬਚਾਉਣ ਦਾ ਸੁਨੇਹਾ ਅਸੀਂ ਵੀ ਦਿੰਦੇ ਸੀਗੇ, ਪਰ ਅੱਜ ਪਾਣੀ ਦਾ ਪੱਧਰ ਨੀਚੇ ਆ, ਮਾਹਰ ਚਿੰਤਾ ਦੇ ਵਿੱਚ ਨੇ, ਸਰਕਾਰ ਚਿੰਤਾ ਦੇ ਵਿੱਚ ਹੈਗੀ ਆ, ਤੁਸੀਂ ਵੀ ਸਿੱਧੀ ਬਿਜਾਈ ਕਰਦੇ ਸੀਗੇ, ਕਿੰਨਾ ਕੁ ਬੈਨੀਫਿਟ ਮਿਲਦਾ ਸੀਗਾ ਉਦੋਂ, ਤਾਂ ਸਰਕਾਰਾਂ ਨੂੰ ਉਦੋਂ ਕਿਉਂ ਨਹੀਂ ਸਮਝ ਆਈ ਕਿ ਪਾਣੀ ਬਚਾਇਆ ਜਾ ਸਕੇ? ਹਾਲੇ ਕਿ ਮੇਲਿਆਂ ਦੇ ਵਿੱਚ ਅਨਾਊਂਸਮੈਂਟ ਜ਼ਰੂਰ ਹੁੰਦੀ ਸੀ, ਉੱਥੇ ਪੋਸਟ ਲੱਗਦੀ ਕਿ ਪਾਣੀ ਜਿਹੜਾ ਵਾ ਉਹ ਕਿਸਾਨ ਬਚਾਉਣ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਬਹੁਤ ਵੱਡੇ ਜਿਹੜਾ ਕਿ ਇਸ ਵੇਲੇ ਪ੍ਰੈਜੈਂਟ ਕ੍ਰਾਈਸਿਸ ਆ ਉਹਦੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਗੱਲ ਇਹ ਹੈਗੀ ਆ ਜੀ, ਯੂਨੀਵਰਸਿਟੀ ਮਹਿਕਮਾ ਛੱਡੋ, ਪੰਜਾਬ ਸਰਕਾਰ ਛੱਡੋ, ਕਈ ਆਮ ਸਿਸਟਮ ਦੇ ਵਿੱਚ ਹੈਗਾ, ਕਈ ਆਟਾ ਮੁੱਕੇ 'ਤੇ ਮਤਲਬ ਸੋਚਦੇ ਆ ਕਿ ਆਟਾ ਮੁੱਕ ਗਿਆ, ਕਈ ਪਹਿਲਾਂ ਸੋਚ ਲੈਂਦੇ ਕਿ ਆਟਾ ਮੁੱਕ ਜਾਊਗਾ, ਅਤੇ ਸਾਨੂੰ ਨਹੀਂ ਪਤਾ ਕਿਸੇ ਨੇ ਕਿਉਂ ਸੋਚਿਆ, ਉਹ ਉਹਨਾਂ ਦੀ ਸੋਚ ਹੋ ਸਕਦੀ ਹੈ, ਪਰ ਸਾਡੀ ਟੀਮ ਨੇ, ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ ਹੋਰ 5-7 ਬੰਦੇ ਸਾਥੀ ਸੀਗੇ, ਉਹਨਾਂ ਨੇ ਉਸ ਵੇਲੇ ਬੈਠ ਕੇ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੇਲੇ ਪਾਣੀ ਦਾ ਕ੍ਰਾਈਸਿਸ ਆਊਗਾ 20-22 ਸਾਲ ਪਹਿਲਾਂ, ਉਹਦੇ ਲਈ ਹੈਗਾ ਸਾਡੇ ਕੋਲ ਕੀ, ਅਸੀਂ ਖੇਤੀਬਾੜੀ ਦੇ ਬੰਦਿਆਂ ਕੋਈ ਕਰੋਪਿੰਗ ਪੈਟਰਨ ਨੂੰ ਚੇਂਜ ਕਰੀਏ, ਜਾਂ ਜਿਹੜੀ ਹੈਗੀ ਆ ਝੋਨੇ ਦੀ ਜਿਹੜੀ ਖੇਤੀ ਆ ਇਹਨੂੰ ਕੋਈ ਡਾਇਵਰਸੀਫਾਈ ਕਰੀਏ। ਇਸ ਵੇਲੇ ਇਕਨੋਮਿਕ ਸਟੇਟਸ ਦੇ ਲਿਹਾਜ਼ ਨਾਲ ਫਾਰਮਰ ਕੋਲ ਸਾਡੀ ਸਮਝ ਮੁਤਾਬਕ ਵੀ, ਸਾਡੇ ਦੂਜੇ ਟੈਕਨੋਲੋਜੀ ਮੁਤਾਬਕ ਵੀ, ਚੌਲਾਂ ਦਾ ਜਿਹੜਾ ਜਿਹਨੂੰ ਝੋਨਾ ਕਹਿੰਦੇ ਨੇ ਅਸੀਂ, ਝੋਨਾ ਦਾ ਬਦਲ ਕਿਸੇ ਕੋਲ ਅਜੇ ਹੈ ਨਹੀਂ। ਅਸੀਂ ਉਸ ਵੇਲੇ ਵੀ ਇਹ ਸੋਚ ਲਿਆ ਸੀਗਾ ਵੀ ਝੋਨੇ ਦੀ ਫਸਲ ਨੂੰ ਕੰਟੀਨਿਊ ਵੀ ਰੱਖਿਆ ਜਾਵੇ, ਤੇ ਪਾਣੀ ਜਿਹੜਾ ਕਿ ਅਣਮੁੱਲੀ ਚੀਜ਼ ਆ, ਜਿਹੜਾ ਕਿ ਕਿਤੋਂ ਵੀ ਨਹੀਂ ਲਿਆਂਦਾ ਜਾ ਸਕਦਾ, ਤੇ ਉਹਨੂੰ ਬਚਾਇਆ ਜਾਵੇ। ਇਸ ਕਾਨਸੈਪਟ ਨੂੰ ਲੈ ਕੇ ਅਸੀਂ ਆਪਣੇ ਤੌਰ ਤੇ ਬਿਨਾਂ ਸਾਡੀ ਸਰਕਾਰੀ ਡਿਊਟੀ ਨੂੰ ਛੱਡਦੇ ਹੋਏ, ਅਸੀਂ ਆਪਣੇ ਕੁਝ ਦੋਸਤ ਕਹਿ ਲਓ, ਕੁਝ ਦਲੇਰ ਸਿੰਘ ਉਹਨਾਂ ਦੇ ਫਾਰਮ ਤੇ, ਅਸੀਂ ਇਹਨਾਂ ਦਾ ਖਰਚਾ ਖੁਰਚਾ ਕਰਾ ਕੇ, ਮਾੜੇ ਮੋਟੇ ਜਿਹਨੂੰ ਦੇਖੋ ਜਿਹੜੀ ਰਿਸਰਚ ਹੁੰਦੀ ਹੈ ਉਹਨੂੰ ਪੰਗੇ ਕਹਿੰਦੇ ਆਪਾਂ, ਅਸੀਂ ਪੰਗੇ ਇਸ ਤਰ੍ਹਾਂ ਕਰਦੇ ਰਹੇ, ਅਸੀਂ ਕਰਦੇ ਕਰਦੇ ਥੋੜੇ ਬਹੁਤੇ ਕਾਮਯਾਬ ਹੋ ਗਏ। ਅਸੀਂ ਇੱਥੇ ਹੀ ਨਹੀਂ ਕਿ ਅਸੀਂ ਕਹਿ ਲਓ ਕਿ ਛੋਟੇ ਲੈਵਲ ਦੇ ਅਫਸਰ ਸੀਗੇ, ਅਸੀਂ ਆਪਦੇ ਉਸ ਵੇਲੇ ਦੇ ਜਿਹੜੇ ਵੱਡੇ ਵਿਗਿਆਨੀ ਸੀਗੇ ਡਾਕਟਰ ਕਿਰਪਾਲ ਸਿੰਘ ਔਲਖ ਨੇ, ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਦੱਸਿਆ ਸੀ ਵੀ ਦੇਖੋ ਸਾਰੇ ਹੋ ਸਕਦਾ। ਆਮ ਤੌਰ ਤੇ ਸੀਗਾ ਵੀ ਝੋਨਾ ਚੌਲ ਖੜੇ ਜਿਹੜਾ ਪਾਣੀ ਖੜੇ ਤੋਂ ਬਗੈਰ ਹੋ ਹੀ ਨਹੀਂ ਸਕਦਾ, ਅਸੀਂ ਉਹਨਾਂ ਨੂੰ ਦਿਖਾਇਆ, ਉਹ ਕਹਿੰਦੇ ਹਾਂ ਯਾਰ ਹੋ ਤਾਂ ਸਕਦਾ, ਉਹਨਾਂ ਨੇ ਸਾਨੂੰ ਐਨਕਰੇਜ ਕੀਤਾ, ਉਸ ਤੋਂ ਬਾਅਦ ਅਸੀਂ ਕਾਮਯਾਬ ਹੋਏ। ਡਾਕਟਰ ਚੌਲ ਸਾਹਿਬ ਨੂੰ ਤੁਸੀਂ ਪਹਿਲਾਂ ਗੱਲ ਕੀਤੀ ਆ, ਉਹ ਦਿਖਾਇਆ, ਉਹਦੇ ਮਗਰੋਂ ਦੁਨੀਆਂ ਦੇ ਜਿੰਨੇ ਸੀਗੇ ਆਸਟ੍ਰੇਲੀਆ ਤੋਂ, ਸਾਡੇ ਜਿਹੜੇ ਸੈਂਟਰ ਗੌਰਮੈਂਟ ਤੋਂ ਜਿਹੜੀ ਰੀਟਾ ਸ਼ਰਮਾ ਸੀ ਜੁਆਇੰਟ ਸੈਕਟਰੀ ਐਗਰੀਕਲਚਰ ਸੀਗੀ, ਉਹਨੇ ਦੇਖਿਆ ਵੀ ਮੈਂ ਨਵੀਂ ਚੀਜ਼ ਦੇਖੀ ਆ, ਵੀ ਉਹ ਲਿਸ਼ੀ ਸੈਟ ਖੇਤਾਂ ਦੇ ਵਿੱਚ ਆਏ, ਉਹ ਦੇਖ ਕੇ ਖੇਤਾਂ ਦੇ ਵਿੱਚ ਆ ਕੇ ਦੇਖ ਕੇ ਸਾਡੀ ਸਾਰਾ ਕੁਝ ਸਾਡੀ ਗੱਲਾਂ ਬਾਤਾਂ ਕਰਕੇ ਸੈਟਿਸਫਾਈਡ ਹੋ ਕੇ ਉਹਨੇ ਸਾਨੂੰ ਇਹ ਵੀ ਕਿਹਾ ਵੀ ਮੈਂ ਦੁਨੀਆਂ 'ਚ ਕਿਸੇ ਹਿੱਸੇ 'ਚ ਨਹੀਂ ਦੇਖਿਆ, ਮੈਂ ਸਿਰਫ਼ ਇੱਕ ਮੈਡਗਾਸਕਰ ਛੋਟਾ ਜਿਹਾ ਸ਼ਹਿਰ ਹੈਗਾ, ਉਸ ਵੇਲੇ ਸਾਨੂੰ ਬੀਬੀ ਨੇ ਸ਼ਰਮਾ ਜੀ ਨੇ ਦੱਸਿਆ ਸੀ ਵੀ ਉਹਦੇ ਵਿੱਚ ਮੈਂ ਮਾੜਾ ਜਿਹਾ ਕਿਤੇ ਨਾ ਕਿਤੇ ਹੋਇਆ ਦੇਖਿਆ। ਸੋ ਅਸੀਂ ਉਸ ਨੂੰ ਲੈ ਕੇ ਇਹਦੇ ਵਿੱਚ ਝਾੜ ਕੌਨਸੈਪਟ ਨਹੀਂ ਜੀ, ਸਮਾਂ ਕੌਨਸੈਪਟ ਨਹੀਂ, ਸਿੱਧੀ ਪੁੱਠੀ ਬਿਜਾਈ ਕੌਨਸੈਪਟ ਨਹੀਂ, ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਆ, ਚਾਹੇ ਫਾਰਮਰ ਆ, ਚਾਹੇ ਸਰਕਾਰ ਆ, ਉਹਦੇ ਵਿੱਚ ਜਿਹੜਾ ਪਾਣੀ ਅਣਮੁੱਲੀ ਚੀਜ਼ ਆ ਜਿਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਤੋਂ ਅਸੀਂ ਲੈ ਕੇ ਨਹੀਂ ਪੰਜਾਬ ਦੇ ਵਿੱਚ ਆ ਸਕਦੇ, ਜਿਹਦੀ ਵਜ੍ਹਾ ਕਰਕੇ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ, ਉਹਨੂੰ ਅਸੀਂ ਬਚਾਉਣ ਦੇ ਵਿੱਚ ਜਿੰਨਾ ਸਾਨੂੰ ਰੱਬ ਨੇ ਬਖਸ਼ਿਸ਼ ਕੀਤੀ ਆ, ਸ਼ਕਤੀ ਦਿੱਤੀ ਆ, ਉਹ ਅਸੀਂ ਉਪਰਾਲਾ ਬਿਨਾਂ ਕਿਸੇ ਕੁਛ ਕਹਿ ਲਓ ਕਿ ਮਤਲਬ ਬਿਨਾਂ ਕਿਸੇ ਪੇਮੈਂਟ ਤੋਂ, ਬਿਨਾਂ ਕਿਸੇ ਚੀਜ਼ ਤੋਂ, ਜਦ ਅਸੀਂ ਰਿਟਾਇਰ ਹੋਏ ਹਾਂ ਰਿਟਾਇਰਮੈਂਟ ਤੋਂ ਪਹਿਲਾਂ ਵੀ 20-22 ਸਾਲ ਤੋਂ ਕਰ ਰਹੇ ਹਾਂ, ਇੰਨਾ ਕੁ ਅਸੀਂ ਕਨਵੇ ਕਰ ਦਈਦਾ ਸਰਕਾਰ ਨੂੰ। 16 ਤਰੀਕ ਨੂੰ ਮੀਟਿੰਗ ਸੀਗੀ ਜਿਹੜੀ ਤੁਸੀਂ 1500 ਗੱਲ ਕਰਦੀ ਆ, ਆਈ ਵਾਜ਼ ਪ੍ਰੈਜੈਂਟ ਦੇਅਰ, ਅਤੇ ਮੈਂ CM ਸਾਹਿਬ ਨੂੰ ਇੱਦਾਂ ਹੀ ਬੈਠੇ ਸੀ, ਮੈਂ ਕਿਹਾ ਸਰ ਜਿਹੜੇ 5 ਰੁਪਏ ਹੁਣ ਕਈ ਫਾਰਮਰ ਕਹਿੰਦੇ ਅਸੀਂ ਘੱਟ ਦਿੱਤੇ ਆ, ਅਸੀਂ ਕਦੋਂ ਕਹਿ ਰਹੇ ਵੀ ਜ਼ਿਆਦਾ ਦਿੱਤੇ ਆ, ਅਸੀਂ ਕਹਿ ਰਹੇ ਹਾਂ ਵੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਸਰ ਜਿੰਨੇ ਤੁਹਾਡੀ ਪੋਕਟ ਲਾਊ ਕਰਦੀ ਆ ਦੇ ਦਿਓ, ਉਹਨਾਂ ਨੇ 3-4 ਦਿਨ ਦੇ ਤੇ, ਅਸੀਂ ਤਾਂ ਆਪਦੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਸੇ ਨੂੰ ਥੋੜੇ ਲੱਗਣ ਬਾੜੇ ਲੱਗਣ ਅਸੀਂ ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਹਾਲੇ ਵੀ ਕਿਸਾਨ ਸਮਝ ਜਾਏਗਾ ਸਿੱਧੀ ਬਿਜਾਈ ਕਰ ਲਏਗਾ ਪਾਣੀ ਜਿਹੜਾ ਬਚਾ ਸਕੇਗਾ ਹਾਲੇ ਵੀ ਕਿਸਾਨ, ਕਿਉਂਕਿ ਤੁਸੀਂ ਕਰਦੇ ਆਏ ਹੋ, ਤੁਹਾਡੇ ਨਾਲ ਤਾਂ ਖੇਤ ਲੱਗਦੇ ਸੀ, ਉਹਨਾਂ ਨੇ ਨਹੀਂ ਹਾਲੇ ਤੱਕ ਕੀਤਾ ਸ਼ੁਰੂ ਮਿਲਦਾ? ਨਹੀਂ, ਐਸੀ ਗੱਲ ਨਹੀਂ ਹੈ, ਸਾਡੇ ਨਾਲ ਦੇ ਖੇਤਾਂ ਨੇ ਪਿਛਲੀ ਵਾਰੀ ਵੀ ਬਹੁਤ ਲੋਕਾਂ ਨੇ ਕੀਤਾ, ਇਕੱਲੇ ਸਾਡੇ ਖੇਤਾਂ ਨਾਲ ਹੀ ਸਾਰੇ ਪੰਜਾਬ ਦੇ ਵਿੱਚ ਅਸੀਂ ਫੇਰਾ ਤੋਰਾ ਕਰਦੇ ਹਾਂ, ਉਹਨਾਂ ਨੇ ਸਾਡੇ ਕਹਿਣ ਤੇ ਨਾ ਕਹੋ ਕਿ ਅਸੀਂ ਕਿਹੜੇ ਕੋਈ ਜੱਜ ਲੱਗੇ ਹੋਏ ਹਾਂ, ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਕਿ ਉਹ ਕਹਿੰਦੇ ਉਹ ਇਸ ਗੱਲ ਨੂੰ ਹੁਣ ਸਮਝ ਲਿਆ ਉਹਨਾਂ ਨੇ ਕਿ ਪਾਣੀ ਦਾ ਕ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ, ਇਹ ਗੱਲ ਕਿਸਾਨ ਸਮਝ ਗਿਆ, ਇਹ ਗੱਲ ਉਹਨਾਂ ਨੇ ਸਮਝ ਲਈ, ਪਰ ਕਿਉਂਕਿ ਉਹਨਾਂ ਨੂੰ ਇਹ ਖਦਸ਼ਾ ਬਈ ਜੇ ਮੈਂ ਕੱਦੂ ਬਿਨਾਂ ਝੋਨਾ ਲਾਇਆ ਤਾਂ ਸ਼ਾਇਦ ਮੇਰਾ ਝਾੜ ਨਾ ਘਟ ਜੇ, ਇਸ ਕਰਕੇ ਦੇਖੋ ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰਦੇ, ਨਾ ਕੋਈ ਹੋਰ ਚੀਜ਼ ਅਸੀਂ ਕਰਦੇ ਹਾਂ, ਉਹਦੇ ਵਿੱਚ ਸਿਰਫ ਅਸੀਂ ਉਹਨਾਂ ਨੂੰ ਕਿਸਾਨਾਂ ਨੂੰ ਇਹ ਕਹਿੰਦੇ ਹਾਂ ਬਈ ਕਾਨਸੈਪਟ ਨਵਾਂ ਆਇਆ, ਅਸੀਂ ਕਰਕੇ ਦੇਖਿਆ, ਅਸੀਂ ਕਰਵਾ ਕੇ ਦੇਖਿਆ, 20 ਸਾਲਾਂ ਤੋਂ ਕਰ ਰਹੇ ਹੋ ਤਾਂ ਤੁਸੀਂ ਕਰ ਲਿਆ, ਤੇ ਤੁਸੀਂ ਜੇ ਬਹੁਤਾ ਤੁਹਾਡਾ ਖਦਸ਼ਾ ਹੈਗਾ ਵੀ ਤਾਂ ਜੇ ਤੁਹਾਡੇ ਕੋਲ 5 ਕਿੱਲੇ ਨੇ ਤਾਂ 2 ਕਿੱਲੇ ਕਰਕੇ ਦੇਖੋ, 10 ਕਿੱਲੇ ਨੇ 3 ਕਿੱਲੇ ਕਰਕੇ ਦੇਖੋ, ਅਗਲੀ ਵਾਰ ਨੂੰ ਤੁਸੀਂ ਕਾਮਯਾਬ ਹੋ ਜਾਓਗੇ, ਜੇ ਕਿਉਂਕਿ ਜਦੋਂ ਅਸੀਂ ਨਵੀਂ ਚੀਜ਼ ਨੂੰ ਕੋਈ ਆਪਾਂ ਅਡੋਪਟ ਕਰਦੇ ਹਾਂ ਤਾਂ ਤਕਲੀਫਾਂ ਆਉਂਦੀਆਂ ਹੁੰਦੀਆਂ ਨੇ, ਚਾਹੇ ਕੋਈ ਛੋਟੀ ਮੋਟੀ ਚੀਜ਼ ਹੋਵੇ, ਅੱਜ ਦੇ ਸਮੇਂ 'ਚ ਕਿਸਾਨ ਵੀ ਸਮਝਦਾਰ ਹੋ ਗਿਆ, ਐਕਸਪੈਰੀਮੈਂਟ ਕਰੇਗਾ, ਪੂਰੀ ਤਰ੍ਹਾਂ ਸਮਝਦਾਰ ਹੋ ਗਿਆ, ਉਹਨੂੰ ਇਸ ਗੱਲ
डीएम साहब ने बड़ी छेती रिस्पोंड किया हैगा, क्योंकि देखो हर एक बंदे नूं पैसे की जरूरत होंदी है। पैसे ना असीं जद कोई नवीं चीज प्रमोट करनी है तो सानूं पैसा जां किसी ने बच्चे नूं कोई काम पढ़न लाउणा तां ट्रॉफी दे देणी आ, इन्नी कि उन्होंने की हैगी आ। अजे असीं होर बेनती की आ उन्होंने बई पराली की मैनेजमेंट वास्ते भी सर कुछ ना कुछ दे दिओ, तां कि असीं लोकां नूं इह कह सकीए भी जिहड़ा पराली नूं नहीं अग लाऊगा तो उन्हूं 1500, 2000, 10000 असीं कहिंदे दे देण, पर दे देण देणा हुंदा अपनी स्टेट की फाइनैशियल स्टेटस के लिहाज नाल। ओह असीं ऑलरेडी उन्होंने बेनती अपने लैवल ते कर चुके हैं, बाकी ओह जथेबंदियां जां दूसरे की कहिंदे नूं किन्नी पुगदी आ ओह गल हैगी आ। पानी बचाउण दे विच जिहड़ा हैगा असीं आपदा रोल जिन्ना साडा बणदा असीं कर रहे हां ते करदे रहांगे। सो डॉक्टर दलेर ते डॉक्टर बबीना असीं गलबात कीती आ, दस रहे ने कि झोने की सीधी बिजाई जिहड़ी आ ओह फायदेमंद हैगी आ। 1996 ਦੇ ਵਿੱਚ ਆਪਣੇ ਖੇਤਾਂ 'ਚ ਐਕਸਪੈਰੀਮੈਂਟ ਕਰ ਰਹੇ ਨੇ, ਪਾਣੀ ਦਾ ਜਿਹੜਾ ਪੱਧਰ ਬਚਾ ਰਹੇ ਨੇ, ਪਾਣੀ ਨੂੰ ਬਚਾ ਰਹੇ ਨੇ। ਸੋ ਲਗਾਤਾਰ ਉਸ ਵਕਤ ਵੀ ਸਰਕਾਰਾਂ ਨੂੰ ਜਾਂ ਜਿਹੜੇ ਮਾਹਿਰ ਉਹਨਾਂ ਨੂੰ ਕਹਿੰਦੇ ਆਏ ਸੀ ਕਿ ਸਿੱਧੀ ਬਿਜਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ, ਪਰ ਉਸ ਵਕਤ ਸ਼ਾਇਦ ਕੋਈ ਟੈਕਨੀਕਲ ਜਿਹੜੇ ਮਾਹਿਰ ਉਹ ਗੱਲ ਨਹੀਂ ਮੰਨ ਪਾਏ। ਸੋ ਅੱਜ ਸਰਕਾਰਾਂ ਜਾਗੀਆਂ ਨੇ, ਮਾਹਿਰ ਜਿਹੜੇ ਆ ਜਾਗਣੇ ਸ਼ੁਰੂ ਹੋਏ ਨੇ। ਸੋ ਕਹਿ ਰਹੇ ਨੇ ਕਿ ਹੁਣ ਸਿੱਧੀ ਬਿਜਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਪਾਣੀ ਜਿਹੜਾ ਵਾ ਉਹ ਬਚ ਸਕੇ, ਕਿਉਂਕਿ ਪਾਣੀ ਦਾ ਪੱਧਰ ਦਿਨੋਂ ਦਿਨ ਨੀਚੇ ਜਾਂਦਾ ਜਾ ਰਿਹਾ ਵਾ। ਮਾਹਿਰ ਔਰ ਸਰਕਾਰਾਂ ਜਿਹੜੀਆਂ ਵਾ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ, ਲੁਧਿਆਣਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।